ਪੈਟਰੋਲ ਪੰਪ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਦੇ ਮਾਲਕ ਵੱਲੋਂ ਇੱਕ ਗ੍ਰਾਹਕ ਦੇ ਉੱਤੇ ਇਹ ਗੋਲੀ ਚਲਾਈ ਗਈ ਹੈ, ਜਿਸ ਦੇ ਕਾਰਨ ਗ੍ਰਾਹਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕਿਹਾ ਜਾ ਰਿਹਾ ਕਿ ਜੋ ਗ੍ਰਾਹਕ ਸੀ ਉਹ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਵਾਉਣ ਦੇ ਲਈ ਆਇਆ ਹੋਇਆ ਸੀ ਅਤੇ ਰੇਟ ਨੂੰ ਲੈ ਕੇ ਉਸਦੀ ਬਹਿਸ ਜੋ ਹੈ ਪੰਪ ਦੇ ਮਾਲਕ ਨਾਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਪਹਿਲਾਂ ਤਾਂ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਫਾਇਰ ਕਰ ਦਿੱਤਾ ਜਾਂਦਾ ਅਤੇ ਫਾਇਰ ਜਾ ਕੇ ਉਸਦੇ ਪੈਰ ਦੇ ਵਿੱਚ ਲੱਗਦਾ ਨੌਜਵਾਨ ਦੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਉਸ ਨੌਜਵਾਨ ਦੇ ਵੱਲੋਂ ਭੱਜ ਕੇ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਤੇ ਨਾ ਕਿਤੇ ਉਸਦੇ ਮਗਰ ਵੀ ਕੁਝ ਲੋਕ ਭੱਜਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਮਾਲਕ ਵੱਲੋਂ ਆਪਣੇ ਗ੍ਰਾਹਕ ਤੇ ਗੋਲੀ ਚਲਾਈ ਗਈ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਫਿਲਹਾਲ ਮੌਕੇ ਤੇ ਹੁਣ ਪੁਲਿਸ ਵੀ ਪਹੁੰਚੀ ਹੈ, ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲੀ ਗੱਲ ਨੂੰ ਲੈ ਕੇ ਹੋਈ ਇਹ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ, ਉਹ ਰੇਟ ਪਿੱਛੇ ਕੋਈ ਉਹਨਾਂ ਦੀ ਕਿਹੜੀ ਗੱਲ ਪਿੱਛੋਂ ਬਹਿਸ ਹੋਈ, ਉਹਨੇ ਮੈਨੂੰ ਫੋਨ ਲਾਇਆ, ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ। ਮੈਂ ਕਿਹਾ ਮੇਰੇ ਨਾਲ ਗੱਲ ਕਰਾ, ਉਹਨੇ ਫੋਨ ਲਾ ਕੇ ਹੋਲਡ ਫੋਨ ਆ, ਕਹਿੰਦਾ ਮੈਂ ਡੈਡੀ ਮਾਲਕ ਨਾਲ, ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਓ, ਉਹਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ, ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ, ਅਤੇ ਇਹ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ, ਬਿੰਦੂ ਉਹਦਾ ਕੱਚਾ ਨਾਮ ਬਿੰਦੂ ਆ, ਪੰਪ ਮਾਲਕ ਆ ਜਿਹੜਾ ਬੰਦਾ, ਉਹਨੇ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵੱਲ ਨੂੰ ਜਾਣ ਲੱਗਾ, ਉਦੋਂ ਛੋਰ ਨੇ ਚੀਕ ਮਾਰੀ, ਕਹਿੰਦਾ ਡੈਡੀ ਉਹ ਮਿੰਦਰ ਦੇ ਉਹਨੇ ਲੱਤ 'ਚ ਗੋਲੀ ਮਾਰਤੀ। ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਅਸੀਂ ਕਣਗਾਲੋਂ ਹੈਗੇ ਹਾਂ, ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਹਾਂ, ਮੈਂ ਬਲਜੀਤ ਦਾ ਮੁੰਡਾ, ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਣਦਾ ਹੋਣਾ। ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲ੍ਹੇ, ਇਹਨਾਂ ਦੇ ਦੋ ਮੁੰਡਿਆਂ ਤੋਂ ਉਹਦੇ ਕੋਲ ਮੋਬਾਇਲ ਸੀ, ਫੋਨ ਵੀ ਖੋਲ੍ਹੇ ਅਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ, ਇਹਨਾਂ ਦੇ ਪੈਸਟਲਾਂ ਮੁੱਠੇ ਵੀ ਮਾਰੇ, 5 ਫਾਇਰ ਕੀਤੇ ਇਹਨਾਂ ਦੇ, ਕੋਈ ਕੰਨ ਫੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ, ਇਹਨਾਂ ਨੂੰ ਜਾਨੋਂ ਮਾਰਦੀ, ਉਹਨੇ ਕੋਈ ਕਸਰ ਨਹੀਂ ਛੱਡੀ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਇਨਸਾਫ਼ ਸਾਨੂੰ ਦਿੱਤਾ ਜਾਵੇ ਜੀ, ਸਾਡਾ ਬੱਚਾ ਵਜੋਂ ਰੱਤਾ ਹੋ ਗਿਆ, ਉਹਨੂੰ ਇਨਸਾਫ਼ ਮਿਲਣਾ ਚਾਹੀਦਾ, ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਜੀ, 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ 'ਤੇ, ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ। ਬਾਈ ਜੀ ਕੀ ਗੱਲ ਹੋਈ ਹੈ ਲੜਕੇ ਤੁਹਾਡੇ? ਬਾਈ ਜੀ ਸਾਡੇ ਅੱਜ ਕੱਲ੍ਹ ਨੂੰ ਸਪਰੇਅ ਕਰਨੀ ਸੀ ਭੁੰਡਾਂ ਦਾ, ਤੇਲ ਦੀ ਸ਼ਾਰਟ ਚੱਲੀ ਅਤੇ ਮਿਲਦਾ ਨਹੀਂ ਸਾਨੂੰ, ਅਸੀਂ ਪੰਪ ਹੋਰ ਤੋਂ ਲੈ ਕੇ ਆਉਂਦੇ ਹਾਂ, ਅਤੇ ਅਸੀਂ ਉੱਥੇ ਜਾਣ 'ਤੇ ਜਦੋਂ ਗਏ, ਇਹ ਮੁੰਡੇ ਦਾ ਮੁੰਡਾ ਪੜ੍ਹਦਾ ਸੀਗਾ ਜਿਹਦਾ ਪੰਪ ਸੀਗਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੇਟ ਰੂਟ ਵੱਧ ਲਾਉਂਦੇ ਸੀਗੇ, ਅਤੇ ਮੁੰਡਿਆਂ ਨੇ ਕਿਹਾ ਵੀ ਇਸ ਤਾਂ ਆਹ ਤਾਂ ਰੇਟ ਹੀ ਨਹੀਂ ਹੈ, ਤੁਸੀਂ ਕਹਿੰਦੇ ਲਾਉਣੇ, ਉਹਦੇ ਪਾਉਣਾ ਪਾੜੋ ਨਹੀਂ ਦਿੰਦੇ ਸੀ, ਜਿਹੜਾ ਕਰਿੰਦਾ ਸੀਗਾ ਉਹ ਬਹਿਸ ਖੜੋਤਾ ਵਾ ਬੈਸਣ ਦੇ ਨਾਲ ਹੀ ਮੁੜ ਕੇ ਇਹ ਛੋਰਾਂ ਨਾਲ ਹੱਥੋਪਾਈ ਹੋ ਗਏ, ਅਤੇ ਛੋਰਾਂ ਨੇ ਐਵੇਂ ਕਿਹਾ ਕਿ ਛੋਰ ਵੀ ਨਾਲ ਲੜੇ ਆ, ਉਹਨਾਂ ਨੇ ਹੱਥੋਪਾਈ ਹੋਏ ਆ, ਇਹ ਕਹੇ ਕਿ ਨਹੀਂ ਲੜੇ ਗਏ, ਅਤੇ ਉਹ ਤਾਂ ਬਾਅਦ 'ਚ ਜਦੋਂ ਆਇਆ ਇਹਨਾਂ ਦਾ ਮਾਲਕ ਆਇਆ, ਉਹਨੇ ਆ ਕੇ ਫਾਇਰ ਮਾਰਨ ਲੱਗ ਗਿਆ, 3-4 ਗੱਡੀ ਇੱਕ ਮੁੰਡੇ ਦੇ ਲੱਤ ਵਿੱਚ ਲਮਾਰਿਆ, ਸਾਡਾ ਤਾਂ ਇਹਨਾਂ ਨੇ ਚਿਰਾਗ ਮਿਟਾ ਦੇਣਾ ਕਿ ਸਾਨੂੰ ਇਹਦਾ ਇਨਸਾਫ਼ ਮਿਲਣਾ ਚਾਹੀਦਾ, ਅਸੀਂ ਇਹ ਨਹੀਂ ਕਹਿੰਦੇ, ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ, ਉਹਦੇ 'ਤੇ 2-3 ਪਰਚੇ ਅੱਗੇ ਵੀ ਹੈਗੇ ਆ, ਉੱਥੋਂ ਦਾ ਸੁਖਵਿੰਦਰ ਸਿੰਘ ਸਰਪੰਚ ਮਾਰੇਗਾ, ਉਹਦੇ ਵਿੱਚ ਵੀ ਉਹਦਾ ਹੱਥ ਹੈ, ਅਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ, ਉਹਦੇ ਵਿੱਚ ਜੇਲ੍ਹ ਕੱਟ ਗਏ, ਉਹ ਬੰਦੇ ਨੇ ਸਾਨੂੰ ਜਮ੍ਹਾਂ ਮਾਰ ਦੇਣਾ ਸੀਗਾ। ਭਾਈ ਜਿਹੜੇ ਮੁੰਡੇ ਗਏ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰੇ, ਤੁਹਾਡੇ ਬੱਚੇ ਦੇ ਨਾਲ ਕਿੰਨੇ ਜਣੇ ਸੀ ਇਸ? ਇਹ ਮੁੰਡੇ 3 ਜਣੇ ਸੀਗੇ। ਅੱਛਾ, ਗੋਲੀ ਵੱਜੀ ਕਿੱਥੇ ਬੱਚੇ ਦੇ? ਮੁੰਡੇ ਦੇ ਲੱਤ 'ਚ ਵੱਜੀ। ਹੁਣ ਕਿਵੇਂ ਕੰਡੀਸ਼ਨ ਕਿਵੇਂ ਹੁੰਦੀ? ਕੰਡੀਸ਼ਨ ਤਾਂ ਹੁਣ ਜੀ ਪਤਾ ਲੱਗੂਗਾ, ਹੁਣ ਸ਼ਹਿਰ ਦੇ ਵਿੱਚ ਊਂ ਮੁੜ ਕੇ ਜੋ ਡਿੱਗ ਪਿਆ ਉੱਤੋਂ ਉਹਦੇ ਵਿੱਚ ਪਾਈਪਾਂ ਮਾਰ ਲੱਗ ਗਿਆ ਅਤੇ ਪਿਸਤੌਲ ਦੇ ਮਾਰਨ ਲੱਗ ਗਿਆ, ਅਤੇ ਸ਼ਹਿਰ ਦੇ ਵਿੱਚ ਜ਼ਖਮ ਹੈਗੇ ਆ ਜੀ, ਦੂਜੇ ਇੱਕ ਮੁੰਡੇ ਦੇ ਹੋਰ ਦੇ ਮਾਰਿਆ। ਕੀ ਮੰਗ? ਅਸੀਂ ਤਾਂ ਕਹਿੰਦੇ ਵੀ ਇਨਸਾਫ਼ ਮਿਲਣਾ ਚਾਹੀਦਾ, ਜੇ ਅਸੀਂ ਜੇ ਹੁਣ ਵੀਡੀਓ ਵੇਖੀ ਆ ਉਹਨਾਂ ਨੇ, ਅਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਹੱਥੋਂ ਪਾਈ ਹੈਗੀ, ਚੱਲ ਠੀਕ ਹੈ ਅਸੀਂ ਕਹਿੰਦੇ ਹਾਂ, ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ
50 ਕਿੱਲਾਂ ਦੀ ਵਾਹੀ ਕਰਦੇ ਆ, ਠੇਕੇ 'ਤੇ ਲੈ ਕੇ ਕਰਦੇ ਆ। ਜਵਾਕਾਂ ਦਾ ਮਿੰਟ ਦਾ ਵੇਲ ਨਹੀਂ ਲੱਗਦਾ, 3-4 ਜਣਕੇ ਜਿਹੜੇ ਕਿ ਸਾਡੇ ਜਿਹਨੇ ਵੀ ਜਵਾਕ ਗਰੁੱਪ 'ਚ ਆ ਉਹ ਆਪਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰ ਰਹਿੰਦੇ ਆ। ਅਤੇ ਇਹਦੇ ਕਰਕੇ ਹੁਣ ਜੇ ਕ੍ਰਾਈਮ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਇਹ ਕੋਈ ਆਪਦੀ ਵੀ ਜ਼ਮੀਨ ਠਾਰੀ, ਇਹ ਠੇਕੇ 'ਤੇ ਲੈ ਕੇ ਕਰਦੇ ਆ, ਸਾਨੂੰ ਠੇਕੇ 'ਤੇ ਲੈ ਕੇ ਵੀ ਕਰਦੇ। ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ, ਉਹਨਾਂ ਦੇ ਕਿਵੇਂ, ਉਹਨਾਂ ਨੂੰ ਵੀ ਕੁੱਟਿਆ ਜਾਂਦਾ? ਉਹਦੇ ਇੱਕ ਦੇ ਤਾਂ ਵੱਜਿਆ ਇੱਥੇ 60 ਵਜੇ ਹੈ, ਅਤੇ ਇੱਕ ਦੇ ਸਿਰ 'ਚ ਵੱਜਿਆ, ਜਦੋਂ ਉਹਦੇ ਪਿਸਤੌਲ ਮਾਰਿਆ ਉਹਨਾਂ ਦੇ ਫੈਰ ਉਹਦੀ ਲੰਘਿਆ, ਜੇ ਕਰ ਕੁਦਰਤੀ ਉਹਨਾਂ ਦੀ ਵੱਜ ਸਕਦੇ ਆ। 5 ਫੈਰ ਕੀਤੇ, ਇਹ ਨਹੀਂ ਗੱਲ, ਉਹ ਇੱਕ ਤਾਂ ਮੁੰਡਾ ਇਹਦਾ ਗਿਆ, ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਨੀ ਆ, ਤੇਲ ਨਹੀਂ ਲੈਣਾ। ਤੋਂ ਮੁੰਡੇ 3 ਜਣੇ ਮੋਟਰਸਾਈਕਲ 'ਤੇ ਪੰਪ 'ਤੇ ਤੇਲ ਲੈਣ ਆਏ ਸੀ, ਜਦੋਂ ਤੇਲ ਪਵਾਉਣ ਲੱਗੇ ਬੋਤਲਾਂ 'ਚ ਤਾਂ ਉਹਨਾਂ ਨੇ ਪੰਪ ਵਾਲਿਆਂ ਨੇ ਪਾਇਆ ਨਹੀਂ ਮੋਣਾ ਕੱਪਾ, ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਹਾਂ ਫਿਰ, ਜਾਂ ਇਹਨਾਂ ਨੂੰ ਵੀ ਨਾ ਪਾਓ। ਇਸ ਗੱਲ 'ਤੇ ਇਹਨਾਂ ਦਾ ਤਕਰਾਰ ਹੋ ਗਿਆ, ਤਕਰਾਰ ਹੋਇਆ ਤਾਂ ਇਹਨਾਂ ਆਪਸ ਮੇਂ ਪੰਪ ਵਾਲੇ ਇਹਨਾਂ ਦੇ ਗਲ ਪੈ ਕੇ ਲੜ ਪਏ, ਉੱਥੇ ਪੰਪ ਵਾਲੇ ਨੇ ਫਿਰ ਆਪਦੇ ਰਿਵਾਲਵਰ ਨਾਲ ਇਹਦੇ ਫਾਇਰ ਕਰਤਾ, ਜਿਹਦੇ ਗੋਲੀ ਲੱਗੀ ਹੈ, ਅਤੇ ਇਹਦਾ ਬਿਆਨ ਲਿਖ ਲਿਆ, ਜੋ ਬਣਦੀ ਹੈ ਉਹ ਕਾਰਵਾਈ ਕਰ ਰਹੇ ਹਾਂ। ਕੋਈ ਰੇਟ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ? ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ 'ਚ ਇਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ, ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ, ਅਤੇ ਇਸ ਕਰਕੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ। ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਅਸੀਂ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ, ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ, ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਟਲ ਨਾਲ ਫਾਇਰ ਕੀਤਾ। ਸਰ ਜਿਹੜੀ CCTV ਇੱਕ ਸਾਹਮਣੇ ਆਈ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਛ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ, ਮਾਰਕੁੱਟ ਵੀ ਕਰਦੇ ਆਏ ਸੀ, ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ? ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ। ਓਕੇ ਜੀ, ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ CCTV ਫੁਟੇਜ ਦੇਖੀ ਹੈ, ਪਹਿਲਾਂ ਜਦੋਂ ਇਹ ਤੇਲ ਤੋਂ ਖੜ੍ਹੇ ਤਕਰਾਰ ਹੁੰਦਾ ਹੈ, ਇਹਨੂੰ ਧੱਕਾ ਮਾਰ ਕੇ ਸਿੱਟਦੇ ਆ, ਆਪਸ ਮੇਂ ਥੁੱਬਈ ਹੁੰਦੇ ਆ, ਇਹ ਵੀ ਮਾਰਦਾ ਉਹ ਵੀ ਮਾਰਦਾ ਹੈ ਜੀ, ਫਿਰ ਉਹ ਬਾਅਦ 'ਚ ਉਸ ਤੋਂ ਬਾਅਦ ਫਾਇਰ ਕਰਦਾ। ਸਰ ਕੋਈ ਰਾਊਂਡ ਅਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ? ਨਹੀਂ, ਫਿਲਹਾਲ ਕੋਈ ਨਹੀਂ, ਸਾਡੀ ਟੀਮ ਗਈ ਹੋਈ ਉੱਥੇ, ਮੁਕੱਦਮਾ ਦਰਜ ਕਰ ਲਿਆ, ਮੁਕੱਦਮਾ ਦਰਜ ਕਰ ਰਹੇ ਹਾਂ, ਬਿਆਨ ਲਿਖਿਆ ਜੀ।